ਸਵਾਗਤ ਹੈ ਤੁਹਾਡਾ ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਵਿਸ਼ੇ ਦੀ ਟ੍ਰੇਨਿੰਗ ਦੇ ਵਿੱਚ। ਅੱਜ ਦਾ ਸਾਡਾ ਟੌਪਿਕ ਹੈ ਕਿ ਮੈਟਲਸ ਕੀ ਹੁੰਦੇ ਹਨ, ਧਾਤੂ ਕੀ ਹੁੰਦੇ ਹਨ ਅਤੇ ਉਹਨਾਂ ਦੇ ਕਿਹੜੇ ਕਿਹੜੇ ਗੁਣ ਹੁੰਦੇ ਹਨ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੈਟਲਸ ਧਾਤੂ। ਕੁਛ ਅਜਿਹੇ ਪਦਾਰਥ ਜਿਹੜੇ ਸਾਨੂੰ ਕੁਦਰਤੀ ਰੂਪ ਵਿੱਚ ਕੱਚੀ ਧਾਤ ਦੇ ਰੂਪ ਵਿੱਚ ਮਿਲਦੇ ਨੇ ਜਾਂ ਸ਼ੁੱਧ ਮਿਲਦੇ ਨੇ। ਜਦੋਂ ਸਾਨੂੰ ਇਹ ਕੱਚੀ ਧਾਤ ਦੇ ਰੂਪ ਵਿੱਚ ਮਿਲਦੇ ਨੇ ਤਾਂ ਕੁਝ ਵੱਖ ਵੱਖ ਪ੍ਰੋਸੈਸ ਰਾਹੀਂ ਅਸੀਂ ਇਹਨਾਂ ਨੂੰ ਸ਼ੁੱਧ ਕਰ ਲੈਂਦੇ ਹਾਂ। ਅਜਿਹੇ ਪਦਾਰਥ ਜੋ ਸਾਨੂੰ ਕੁਦਰਤ ਵੱਲੋਂ ਖਾਣਾ ਦੇ ਵਿੱਚੋਂ ਖਣਿਜ ਦੇ ਰੂਪ ਵਿੱਚ ਮਿਲਦੇ ਨੇ ਜਾਂ ਆਪਣੇ ਸ਼ੁੱਧ ਰੂਪ ਵਿੱਚ ਮਿਲਦੇ ਨੇ, ਜਿਨ੍ਹਾਂ ਨੂੰ ਅਸੀਂ ਵੱਖ ਵੱਖ ਇੰਜੀਨੀਅਰਿੰਗ ਕੰਮਾਂ ਵਾਸਤੇ ਵਰਤ ਸਕਦੇ ਹਾਂ, ਉਹਨਾਂ ਸਾਰਿਆਂ ਨੂੰ ਮੈਟਲਸ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਲੋਹਾ, ਤਾਂਬਾ, ਐਲੂਮੀਨੀਅਮ, ਕਾਪਰ, ਇਹ ਸਾਰੇ ਮੈਟਲਸ ਹਨ, ਧਾਤ ਹਨ। ਇੱਕ ਵਾਰ ਫਿਰ ਇਹਦੀ ਪਰਿਭਾਸ਼ਾ 'ਤੇ ਗੌਰ ਕਰ ਲਈਏ। ਅਜਿਹੇ ਮਟੀਰੀਅਲਸ ਜੋ ਸਾਨੂੰ ਕੁਦਰਤੀ ਰੂਪ ਵਿੱਚ ਖਾਣਾ ਤੋਂ ਖਣਿਜਾਂ ਦੇ ਰੂਪ ਵਿੱਚ ਮਿਲਦੇ ਹਨ, ਕੱਚੀ ਧਾਤ ਦੇ ਰੂਪ ਵਿੱਚ ਮਿਲਦੇ ਹਨ ਜਾਂ ਆਪਣੇ ਸ਼ੁੱਧ ਰੂਪ ਵਿੱਚ ਮਿਲਦੇ ਹਨ, ਜਿਨ੍ਹਾਂ ਨੂੰ ਅਸੀਂ ਉਦਯੋਗਿਕ ਕੰਮਾਂ ਲਈ ਵਰਤ ਸਕਦੇ ਹਾਂ, ਇੰਜੀਨੀਅਰਿੰਗ ਕੰਮਾਂ ਲਈ ਵਰਤ ਸਕਦੇ ਹਾਂ, ਉਹਨਾਂ ਸਾਰਿਆਂ ਨੂੰ ਮੈਟਲਸ ਜਾਂ ਧਾਤ ਕਿਹਾ ਜਾਂਦਾ। ਇਹਦੇ ਵਿੱਚ ਉਦਾਹਰਣ ਦੇ ਤੌਰ 'ਤੇ ਜਿਵੇਂ ਦੱਸਿਆ ਆਪਾਂ ਤੁਹਾਨੂੰ ਲੋਹਾ, ਤਾਂਬਾ ਅਤੇ ਅਲਮੀਨੀਅਮ। ਹੁਣ ਗੱਲ ਕਰਦੇ ਹਾਂ ਜੀ ਧਾਤੂਆਂ ਦੇ ਗੁਣ ਕਿ ਇਹਨਾਂ ਧਾਤੂਆਂ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਇਹਨਾਂ ਦੇ ਕਿਹੜੇ ਕਿਹੜੇ ਗੁਣ ਨੇ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਜਿਨ੍ਹਾਂ 'ਤੇ ਅਸੀਂ ਗੌਰ ਕਰਦੇ ਹਾਂ। ਧਾਤੂਆਂ ਦੇ ਇਹਨਾਂ ਗੁਣਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਜਾਂ 3 ਪ੍ਰਕਾਰ ਦੇ ਜਿਹੜੇ ਗੁਣ ਹੈ ਉਹ ਧਾਤੂਆਂ ਦੇ ਵਿੱਚ ਪਾਏ ਜਾਂਦੇ। ਨੰਬਰ 1 ਫਿਜ਼ੀਕਲ ਪ੍ਰੋਪਰਟੀਜ਼, ਭੌਤਿਕ ਗੁਣ। ਨੰਬਰ 2 ਯੰਤਰਿਕ ਗੁਣ, ਮਕੈਨੀਕਲ ਪ੍ਰੋਪਰਟੀਜ਼। ਨੰਬਰ 3 ਕੈਮੀਕਲ ਪ੍ਰੋਪਰਟੀਜ਼, ਰਸਾਇਣਿਕ ਗੁਣ। ਅੱਜ ਆਪਾਂ ਗੱਲ ਕਰਦੇ ਹਾਂ ਧਾਤੂਆਂ ਦੇ ਭੌਤਿਕ ਗੁਣ, ਫਿਜ਼ੀਕਲ ਪ੍ਰੋਪਰਟੀਜ਼ ਧਾਤੂਆਂ ਦੀਆਂ ਕਿਹੜੀਆਂ ਕਿਹੜੀਆਂ ਨੇ। ਜਿਵੇਂ ਕਿ ਨਾਂ ਤੋਂ ਹੀ ਸਿੱਧ ਹੁੰਦਾ ਹੈ ਭੌਤਿਕ ਗੁਣ, ਫਿਜ਼ੀਕਲ ਪ੍ਰੋਪਰਟੀਜ਼। ਭੌਤਿਕ ਦਾ ਮਤਲਬ ਹੀ ਆਪਾਂ ਨੂੰ ਦਰਸਾ ਰਿਹਾ ਕਿ ਇਸ ਗੁਣ ਦੇ ਵਿੱਚ ਕੀ ਕੁਛ ਆਊਗਾ। ਭੌਤਿਕ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਵਿਜ਼ੀਬਲ ਹੁੰਦੀ ਹੈ, ਨੰਗੀ ਅੱਖ ਨਾਲ ਜਿਹਨੂੰ ਆਪਾਂ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਸੋ ਆਓ ਆਪਾਂ ਧਾਤੂਆਂ ਦੇ ਜਿਹੜੇ ਭੌਤਿਕ ਗੁਣ ਹੈ ਉਹ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਜੀ ਰੰਗ। ਕਿਸੇ ਵੀ ਧਾਤੂ ਦਾ ਜਿਹੜਾ ਰੰਗ ਹੈ ਉਹਦੀ ਪਹਿਚਾਣ ਕਰਾਉਣ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਆਪਣੇ ਸਾਹਮਣੇ ਜੇਕਰ ਵੱਖ ਵੱਖ ਤਰ੍ਹਾਂ ਦੀਆਂ ਧਾਤੂਆਂ ਦੇ ਪੀਸ ਰੱਖ ਦਿੱਤੇ ਜਾਣ ਤਾਂ ਆਪਾਂ ਰੰਗ ਦੇਖ ਕੇ ਕਾਫੀ ਹੱਦ ਤੱਕ ਇਹ ਪਹਿਚਾਣ ਕਰ ਲੈਂਦੇ ਹਾਂ ਕਿ ਇਹ ਧਾਤੂ ਕਿਹੜੀ ਧਾਤੂ ਹੈ। ਕਿਸਦਾ ਜਿਹੜਾ ਸਟੀਲ ਹੈ ਆਪਣਾ ਉਹ ਗ੍ਰੇ ਕਲਰ ਦਾ ਹੁੰਦਾ ਹੈ, ਗ੍ਰੇ ਵਾਈਟ ਦੇ ਵਿੱਚ ਵੀ ਉਹਦੀ ਭੁੱਖ ਮਾਰਦੀ ਹੈ। ਕਾਪਰ ਦਾ ਆਪਣਾ ਅਲੱਗ ਹੈ, ਚਾਂਦੀ ਦਾ ਅਲੱਗ ਰੰਗ ਹੈ, ਗੋਲਡ ਦਾ ਅਲੱਗ ਰੰਗ। ਸੋ ਜਿਹੜਾ ਰੰਗ ਹੈ ਕੁਦਰਤੀ ਰੰਗ ਹੈ ਜੋ ਕਿਸੇ ਵੀ ਧਾਤ ਦਾ, ਉਹਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਿਹੜੀ ਮੈਟਲ ਹੈ ਧਾਤ। ਨੰਬਰ 2 ਤੇ ਹੈ ਜੀ ਬਣਾਵਟ। ਕਿਸੇ ਧਾਤ ਦੇ ਟੁਕੜੇ ਨੂੰ ਛੂਹਣ ਤੋਂ ਬਾਅਦ, ਚੰਗੀ ਤਰ੍ਹਾਂ ਛੂਹਣ ਤੋਂ ਬਾਅਦ ਆਪਾਂ ਉਹਦੇ ਬਣਾਵਟ ਦੇਖ ਸਕਦੇ ਹਾਂ ਕਿ ਉਹਦੇ ਜਿਹੜੇ ਇੰਟਰਨਲ ਸਟਰਕਚਰ ਹੈ ਉਹਦਾ ਸੌਫਟ ਹੈ ਜਾਂ ਮਜ਼ਬੂਤ ਹੈ। ਜਿਵੇਂ ਅਲਮੀਨੀਅਮ ਸੌਫਟ ਹੁੰਦਾ, ਕਾਪਰ ਹਾਰਡ ਹੁੰਦਾ, ਲੋਹਾ ਵੀ ਹਾਰਡ ਹੁੰਦਾ। ਉਹਦੇ ਅੰਦਰੂਨੀ ਅਣੂਆਂ ਦੀ ਸੰਰਚਨਾ ਕੀ ਹੈ, ਉਹਦੇ ਅੰਦਰ ਜਿਹੜੇ ਬੌਂਡਸ ਨੇ ਉਹ ਕਿੰਨੇ ਕੁ ਵੀਕ ਨੇ, ਕਿੰਨੇ ਕੁ ਸਟਰੋਂਗ ਨੇ। ਆਪਾਂ ਕਿਸੇ ਵੀ ਧਾਤ ਨੂੰ ਆਪਣੇ ਹੱਥਾਂ ਨਾਲ ਛੂਹ ਕੇ ਦਬਾ ਕੇ ਉਹਦਾ ਇਸ ਜਿਹੜਾ ਗੁਣ ਹੈ, ਗੁਣ ਰਾਹੀਂ ਉਹਦਾ ਆਪਾਂ ਪਤਾ ਕਰ ਸਕਦੇ ਹਾਂ ਕਿ ਇਹ ਕਿਹੜੀ ਧਾਤ ਹੈ। ਨੰਬਰ 3 ਤੇ ਹੈ ਡੈਂਸਿਟੀ। ਅਸੀਂ ਪਹਿਲਾਂ ਵੀ ਪੜ੍ਹਿਆ ਹੈ ਕਿ ਡੈਂਸਿਟੀ ਘਣਤਾ ਕਿਊਬਿਕ ਪਰ ਸੈਂਟੀਮੀਟਰ 'ਤੇ ਨਾਪੀ ਜਾਂਦੀ ਹੈ। ਕਿਸੇ ਵੀ ਧਾਤ ਦਾ ਜਿਹੜੀ ਡੈਂਸਿਟੀ ਹੈ, ਡੈਂਸਿਟੀ ਤੋਂ ਉਸਦਾ ਜਿਹੜਾ ਭਾਰ ਹੈ, ਭਾਰ ਵਧੇਗਾ ਜਾਂ ਘਟੇਗਾ, ਜਿਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਕਿਹੜੀ ਧਾਤ ਹੈ ਜਿਹੜੀ ਸਾਡੇ ਸੰਪਰਕ 'ਚ ਆ ਰਹੀ ਹੈ ਜਾਂ ਕਿਹੜੀ ਧਾਤ ਨੂੰ ਅਸੀਂ ਡੀਲ ਕਰ ਰਹੇ ਹਾਂ।
ਕਿਸੇ ਵੀ ਕੰਮ ਕਾਜ ਲਈ ਵਰਤ ਰਹੇ ਹਾਂ। ਨੰਬਰ 4 ਤੇ ਹੈ ਜੀ ਬਿਜਲੀ ਚਾਲਕਤਾ, ਇਲੈਕਟ੍ਰੀਕਲ ਕੰਡਕਟੀਵਿਟੀ। ਆਪਣੇ ਕੋਲ ਕਈ ਪ੍ਰਕਾਰ ਦੀਆਂ ਧਾਤਾਂ ਦੇ ਜੇਕਰ ਪੀਸਸ ਪਏ ਹੋਣ ਤਾਂ ਆਪਾਂ ਉਹਨਾਂ ਵਿੱਚੋਂ ਬਿਜਲੀ ਧਾਰਾ ਜੋੜ ਕੇ ਇਹ ਚੈੱਕ ਕਰ ਸਕਦੇ ਹਾਂ ਕਿ ਇਹ ਕਿਹੜੀ ਧਾਤ ਹੈ, ਕਿਉਂਕਿ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਿਹੜੀਆਂ ਕੁਛ ਧਾਤਾਂ ਨੇ ਗਿਣਤੀ ਦੀਆਂ ਜਿਹਨਾਂ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਅਤੇ ਬਾਕੀਆਂ ਦੇ ਵਿੱਚੋਂ ਨਹੀਂ ਲੰਘਦੀ। ਸੋ ਇਹ ਜਿਹੜੀ ਪ੍ਰੋਪਰਟੀ ਹੈ ਇਹ ਇੱਕ ਚੰਗੇ ਕੰਡਕਟਰ ਦੇ ਵਿੱਚ ਹੀ ਪਾਈ ਜਾਂਦੀ ਹੈ, ਆਪਾਂ ਪਹਿਲਾਂ ਇਹ ਸਾਰਾ ਪੜ੍ਹ ਚੁੱਕੇ ਹਾਂ। ਨੰਬਰ 5 ਤੇ ਹੈ ਜੀ ਥਰਮਲ ਕੰਡਕਟੀਵਿਟੀ, ਉਸ਼ਮਾ ਚਾਲਕਤਾ, ਗਰਮੀ ਚਾਲਕਤਾ। ਕਿਸੇ ਵੀ ਧਾਤ ਨੂੰ ਆਪਾਂ ਕਿਸੇ ਅੱਗ ਦੇ ਸਰੋਤ ਦੇ ਨੇੜੇ ਰੱਖ ਲਈਏ ਜਾਂ ਕਿਸੇ ਹੀਟਿੰਗ ਇਫੈਕਟ ਦੇਣ ਵਾਲੇ ਸਰੋਤ ਦੇ ਨੇੜੇ ਰੱਖ ਲਈਏ ਤਾਂ ਜਿਹੜੀਆਂ ਉਹਦੇ ਆਲੇ ਦੁਆਲੇ ਚੀਜ਼ਾਂ ਪਈਆਂ ਨੇ ਉਹਨਾਂ ਦੇ ਵਿੱਚੋਂ ਜੇਕਰ ਜੋ ਆਪਾਂ ਨੇ ਪੜ੍ਹੀਆਂ ਨੇ ਧਾਤਾਂ ਉਹਨਾਂ ਵਿੱਚੋਂ ਕੋਈ ਧਾਤ ਪਈ ਹੋਊਗੀ ਤਾਂ ਉਹ ਗਰਮ ਹੋਣਾ ਸ਼ੁਰੂ ਹੋ ਜਾਊਗੀ, ਕਿਉਂਕਿ ਜਿਹੜੀਆਂ ਧਾਤਾਂ ਨੇ ਇਹਨਾਂ ਦਾ ਇਹ ਗੁਣ ਹੈ ਵੀ ਇਹ ਹੀਟਿੰਗ ਇਫੈਕਟ ਹੈ ਜਿਹੜਾ ਇਹਨਾਂ ਦਾ ਉਹ ਸੁਚਾਲਕ ਹੁੰਦੀਆਂ ਇਹ ਹੀਟਿੰਗ ਇਫੈਕਟ ਦੀਆਂ ਅਤੇ ਗਰਮੀ ਨੂੰ ਅਬਜ਼ੋਰਬ ਕਰਦੀਆਂ। ਨੰਬਰ 6 ਤੇ ਹੈ ਜੀ ਚੁੰਬਕਤਾ, ਮੈਗਨੇਟਿਜ਼ਮ। ਜਦੋਂ ਵੀ ਧਾਤਾਂ ਨੂੰ ਕਿਸੇ ਸਥਾਈ ਚੁੰਬਕ ਜਾਂ ਕਿਸੇ ਅਸਥਾਈ ਚੁੰਬਕ ਜਾਂ ਇਲੈਕਟ੍ਰੋਮੈਗਨੇਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਉਹਨਾਂ ਦੇ ਨਜ਼ਦੀਕ ਰੱਖਿਆ ਜਾਂਦਾ ਹੈ ਅਤੇ ਉਹ ਆਪਣੇ ਕਾਰਜ ਦੇ ਵਿੱਚ ਹੁੰਦੀਆਂ ਨੇ ਤਾਂ ਜਿਹੜੀਆਂ ਸਾਡੀਆਂ ਧਾਤਾਂ ਨੇ ਉਹ ਆਪਣੇ ਗੁਣਾਂ ਦੇ ਅਨੁਸਾਰ ਚੁੰਬਕ ਨੂੰ ਰਿਸਪੋਂਡ ਕਰਦੀਆਂ। ਜਿਹੜੀਆਂ ਲੋਹ ਧਾਤਾਂ ਹੁੰਦੀਆਂ ਨੇ ਉਹ ਚੁੰਬਕ ਵੱਲ ਖਿੱਚੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਲੋਹੇ ਦੇ ਕਣ ਹੁੰਦੇ ਆ ਉਹਨਾਂ ਨੂੰ ਚੁੰਬਕ ਆਪਣੇ ਵੱਲ ਖਿੱਚਦਾ ਹੈ ਅਤੇ ਜਿਹੜੀਆਂ ਧਾਤਾਂ ਦੇ ਵਿੱਚ ਲੋਹੇ ਦੇ ਕਣ ਨਹੀਂ ਹੁੰਦੇ ਉਹਨਾਂ ਦਾ ਚੁੰਬਕ ਦਾ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਅਤੇ ਚੁੰਬਕੀ ਪ੍ਰਭਾਵ ਨੂੰ ਚੁੰਬਕੀ ਖੇਤਰ ਨੂੰ ਉਹ ਅਗਰਿਆਸ਼ੀਲ ਕਰ ਦਿੰਦੀਆਂ ਨੇ। ਇਹ ਸੀਗੇ ਜੀ ਧਾਤਾਂ ਦੇ ਭੌਤਿਕ ਗੁਣ, ਜਿਨ੍ਹਾਂ ਨੂੰ ਪੜ੍ਹ ਕੇ ਦੇਖ ਕੇ ਆਪਾਂ ਆਪਣੇ ਆਲੇ ਦੁਆਲੇ ਜਿਹੜੇ ਧਾਤਾਂ ਦੇ ਕੋਈ ਪੀਸਿਸ ਪਏ ਆ ਆਪਾਂ ਉਹਨਾਂ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਕਿਹੜੀ ਧਾਤ ਹੈ ਜਿਹੜੀ ਉਹ ਇੱਕ ਉਹਨਾਂ ਨੂੰ ਨੋਮੀਨੇਟ ਕਰ ਸਕਦੇ ਹਾਂ ਕਿ ਆਹ ਕਾਪਰ ਹੈ, ਅਲਮੀਨੀਅਮ ਹੈ, ਲੋਹਾ ਹੈ। ਉਹਨਾਂ ਦੇ ਇਹਨਾਂ ਭੌਤਿਕ ਗੁਣਾਂ ਦੇ ਆਧਾਰ 'ਤੇ ਆਪਾਂ ਫਰਕ ਕਰ ਸਕਦੇ ਹਾਂ। ਆਪਾਂ ਇਹਦੇ ਵਿੱਚ ਪੜ੍ਹ ਹੀ ਚੁੱਕਿਆ ਕਿ ਭੌਤਿਕ ਗੁਣ ਕੀ ਹੁੰਦੇ ਆ ਕਿ ਆਪਾਂ ਕਿਸੇ ਵੀ ਧਾਤ ਨੂੰ ਜਦੋਂ ਆਪਣੀਆਂ ਗਿਆਨ ਇੰਦਰੀਆਂ ਨਾਲ, ਅੱਖਾਂ ਨਾਲ, ਹੱਥਾਂ ਨਾਲ ਉਹਨਾਂ ਨੂੰ ਆਪਾਂ ਪਰਖ ਸਕੀਏ, ਉਹਨਾਂ ਦੀ ਜਿਹੜੀ ਅਪੀਅਰੈਂਸ ਹੈ, ਉਹਨਾਂ ਦੀ ਜਿਹੜੀ ਹੋਂਦ ਹੈ, ਉਹਦੇ ਆਧਾਰ 'ਤੇ ਆਪਾਂ ਡਿਵਾਈਡ ਕਰਦੇ ਹਾਂ। ਸੋ ਇਹ ਸੀ ਧਾਤਾਂ ਦੇ ਭੌਤਿਕ ਗੁਣ। ਅਗਲੇ ਟੌਪਿਕ ਦੇ ਵਿੱਚ ਆਪਾਂ ਪੜ੍ਹਾਂਗੇ ਧਾਤਾਂ ਦੇ ਯੰਤਰ। ਧੰਨਵਾਦ ਜੀ ਸਰ।